ਝਲਕਾਂ ਦੀ ਨੀਮਾਂ ਦਾ ਹੈ। ਉਸ ਸਮੇਂ ਸਾਈਡਾਂ ਜਿਹੜੀਆਂ ਨੋਟ ਕਰ ਲਓ, ਗੁਰਦੁਆਰਾ ਸਾਹਿਬ ਦੀ ਡਿਊਟੀ ਵਾਲੀ ਸਾਈਡ ਜਿਹੜੀ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਵਾਲੇ ਪਾਸੇ ਟੀਮ ਜਿਹੜੀ ਝਲਕਾਂ ਦੀ ਹੈ ਔਰ ਦੂਸਰੇ ਪਾਸੇ ਟੀਮ ਜਿਹੜੀ ਰੋਟੇ ਦੀ ਹੈ। ਪਹਿਲੀ ਕਬੱਡੀ ਇਸ ਸਮੇਂ ਮਰਕਤ ਸਿੰਘ ਝਲਕਾਂ ਪਿੰਡ ਦਾ ਦੇਖਦੇ ਵੀ ਇਸ ਸਮੇਂ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਲੱਗਿਆ ਕਹਿੰਦੇ ਰੱਬ ਨੂੰ ਵਧਾਉਣ ਲੋਕੋ ਮਾਰੋ ਤਾੜੀਏ ਸ਼ੇਰ ਨੂੰ ਕਿਉਂ ਹੱਲਾ ਸ਼ੇਰੀ ਤੇ ਧਾਵੀ ਚੱਲਿਆ ਕਬੱਡੀ ਪਾਉਣ ਲੋਕੋ। ਇੱਕ ਪਾਸੇ ਸਰਕਟ ਘੱਲਾ ਵਾਲਾ ਇੱਧਰ ਲੱਭਣੇ ਵੇਖਦੀ ਵੀ ਚੱਲਦਾ ਹੋਇਆ ਮੁਕਾਬਲਾ ਪੰਜਾਬੀਆਂ ਦੀ ਜਿੱਤ ਜਾਣ ਖੇਡ ਹੈ, ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਮੁਕਾਬਲਾ ਹੈ। ਉੱਧਰ ਮਾਨ ਸਨਮਾਨ ਵੀ ਜ਼ਰੂਰੀ ਹੈ ਸਾਰੇ ਸਾਡੇ ਸਤਿਕਾਰਯੋਗ ਦਾਦੀ ਸੱਜਣਾ ਦੇ। ਲਓ ਇੱਧਰ ਲੱਭਣੇ ਵੇਖਦੀ ਵੀ ਜੱਦੀ ਪਿੰਡ ਗੱਭਰੂ ਦਾ ਆਲਮ ਵਾਲਾ ਹੈ, ਆਲਮਾਂ ਤੇ ਜਵੇਰ ਦਾ ਸਮੁੰਦਰ ਇਸ ਸਮੇਂ ਖੇਡ ਮੈਦਾਨ ਦੇ ਉੱਧਰ ਕਬੱਡੀ ਪਾ ਰਿਹਾ ਹੈ ਕਿ ਬਾਪੂ ਅਸੀਂ ਖੇਡ ਪਿੰਡ ਦਾ ਸ਼ੇਰ ਬਣ ਕੇ ਤੇ ਦਿਖਾ ਦੇ ਹੁਣ ਚੋਟੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਤੇ ਯਾਰ ਬੇਲੀ ਮਾਰ ਕਰਦੇ ਗੁਣਾ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਤੇ ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਲੋਕ ਗੁਜਰ ਵਾਲੀਆਂ ਪੀਲਾ ਔਰ ਨਾਲ ਕਰਮਾ ਚੱਕਰ ਪਿੰਡ ਦਾ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਹੈ ਔਰ ਅੱਜ ਵੱਡੀਆਂ ਜ਼ਿੰਮੇਵਾਰੀਆਂ ਇਸ ਸਮੇਂ ਰੈਫਰ ਕੀਤੀਆਂ। ਲਓ ਇੱਧਰ ਲੱਭਣੇ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਪ੍ਰਗਟ ਇਸ ਵੇਲੇ ਖੇਡ ਮੈਦਾਨ ਉੱਪਰ ਕਬੱਡੀ ਪਾ ਰਿਹਾ ਹੈ ਔਰ ਇੱਧਰ ਲੱਭਣੇ ਗੁਆਂਢ ਜਿਹੜਾ ਧਾਵੀ ਦੇ ਹਿੱਸੇ ਹੈ ਆਪਣਾ ਬਿਲਰ ਜਿਹੜੇ ਅਗਲੇ ਮਾਨ ਸਨਮਾਨ ਹੈ ਉਹ ਵੀ ਤੁਸੀਂ ਅਨਾਊਂਸ ਕਰ ਦਿਓ। ਹਾਂਜੀ ਉਸ ਤੋਂ ਅੱਗੇ ਮਸਤਾਨ ਸਿੰਘ ਜੀ, ਜਫਰ ਸਿੰਘ ਜੀ ਕਨੇਡੀਅਨ ਇਹ ਵੀ ਆ ਕੇ ਆਪਣਾ ਮਾਨ ਸਨਮਾਨ ਹੈ। ਸਮਾਜ ਵਾਸੀ ਬਲਵਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਕੋਈ ਮੈਂਬਰ ਹੋਵੇ, ਜਗਰਾਜ ਸਿੰਘ ਜੀ ਰਾਜਾ, ਤਰਸੇਮ ਕੁਮਾਰ ਸ਼ਰਮਾ ਜੀ, ਗੁਰਦੀਪ ਸਿੰਘ ਸਰਦਾਰ, ਕਰਮ ਸਿੰਘ ਜੀ ਦੇਈ ਸਮਾਜ ਵਾਸੀ, ਉਹਨਾਂ ਦੇ ਪਰਿਵਾਰ ਦਾ ਵੀ ਕੋਈ ਮੈਂਬਰ ਹੋਵੇ ਤਾਂ ਪਲੀਜ਼ ਜਾ ਕੇ ਆਪਣਾ ਮਾਨ ਸਨਮਾਨ ਲਓ। ਲਓ ਇੱਧਰ ਲੱਭਣੇ ਵੇਖਦੇ ਵੀ ਝਲਕਾਂ ਦੀ ਟੀਮ ਦੀ ਤਰਫੋਂ ਨੌਜਵਾਨ ਲਾਹ ਤਕੜਾ ਜਿਹਾ ਜੱਫਾ ਇਸ ਸਮੇਂ ਕੁਆਇਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਝਲਕਾਂ ਪਿੰਡ ਕਹਿੰਦੇ ਵੀ ਦੁਨੀਆਂ ਦੇ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ ਜਿੱਥੇ ਕਹਿੰਦੇ ਕੱਲ੍ਹ ਨੂੰ ਝਲਕਾਂ ਦੇ ਸੋਨੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋਵੇਗਾ। ਚੰਦ ਨਵਿਆਂ ਦੀ ਸਮੁੱਚੀ ਗ੍ਰਾਮ ਪੰਚਾਇਤ ਔਰ ਸਮੁੱਚੀ ਖਿਡਾਰੀਆਂ ਦੇ ਸਾਰੇ ਖਿਡਾਰੀਆਂ ਵੱਲੋਂ ਲਓ ਦੇਖਦੇ ਨੱਜੇ ਵਰਗੇ, ਫਿੰਗਰ ਘਾਲੀ ਵਰਗੇ, ਲਕਸ਼ਮਣ ਵਰਗੇ, ਰਾਜੇ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਹੈ ਪਰ ਇੱਧਰ ਲੱਭਣੇ ਵੇਖਦੇ ਵੀ ਰੋਡ ਦੇ ਪਿੰਡ ਹੈ ਬਾਬੇ ਬੋਲੇ ਵਰਗਿਆਂ ਦਾ। ਲਓ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਚੱਲਦਾ ਹੋਇਆ ਤਕੜਾ ਜਿਹਾ ਮੁਕਾਬਲਾ ਪੰਜਾਬੀਆਂ ਦੀ ਖੇਡ ਹੈ। ਲਓ ਬਿਲਕੁਲ ਹੱਦੇ ਨੇੜੇ ਹੈ ਔਰ ਦੇਖਦੇ ਵੀ ਸਰਦਾਰ ਪਿੰਡ ਹੈ, ਰੁਪਿੰਦਰ ਸਿੰਘ ਇਸ ਸਮੇਂ ਫੈਸਲਾ ਕਰਦਾ ਮੇਰ ਕੋਟਲੇ ਦੇ ਲਾਗੇ ਪਿੰਡ ਹੈ ਵੀ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਭਾਗੀ ਦਾ ਹੈ। ਜਿਸ ਤਰ੍ਹਾਂ ਕਬੱਡੀ ਦੇ ਵਿੱਚ ਕਹਿੰਦੇ ਵੀ ਹਰਦਾਸੇ ਵਾਲਾ ਸਾਧੂ ਸਿਓ ਆਪ 40 ਸਾਲਾਂ ਦੇ ਵਿੱਚ ਕਬੱਡੀ ਖੇਡਦਾ ਹੈ, ਹਰਦਿਆਲ ਤੇ ਸੁੱਖ ਕਬੱਡੀ ਓਪਨ ਦੇ ਵਿੱਚ ਕਬੱਡੀ ਖੇਡਦੇ ਹੈ ਪਰ ਇਹ ਦੋਨੋਂ ਪ੍ਰੋਪਰ ਰੈਫਰਸ਼ਿਪ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਸਾਹਮਣੇ ਹੈ। ਪੰਜਾਬ ਦੇ ਖੇਡ ਮੇਲਿਆਂ ਤੇ ਉਹ ਇਸ ਸਮੇਂ ਸ਼ੇਰੂ ਆਲਮ ਵਾਲੇ ਪਿੰਡ ਦਾ ਨਛੱਤਰ ਢਾਡੀ ਹੁਣ ਦਾ ਪੇਂਡੂ ਹੈ, ਕੱਲ੍ਹ ਚਾਹੇ ਗੁਰਦੇਵ ਸਿੰਘ ਬਰਾੜ ਵਰਗਿਆਂ ਦੀ, ਸਰਬੇ ਵਰਗੀ, ਨਵਜੋਤ ਦੀਪੇ ਵਰਗੀ ਦੁਨੀਆਂ ਦੇ ਪ੍ਰਸਿੱਧ ਖਿਡਾਰੀ ਹੈ ਜਿਸ ਪਿੰਡ ਦੇ ਲਓ ਉਸੇ ਹੀ ਪਿੰਡ ਦਾ ਆਹ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਰਿਹਾ ਹੈ ਔਰ ਦੂਸਰੇ ਪਾਸੇ ਝਲਕਣਾ ਇਸ ਲੱਭਣੇ ਦੀ ਕਿਹੜੀ ਕੋਸ਼ਿਸ਼ ਕਰਦਾ ਨੌਜਵਾਨ ਦੇ ਪੁਆਇੰਟ ਭਾਵੀ ਦਾ। ਹਾਂਜੀ ਫਿਰ ਇੱਕ ਮਿੰਟ ਬਰਾੜ ਜੀ, ਦੂਜਾ ਨਾਲ ਦੀ ਨਾਲ ਜਿਹੜੇ ਮਾਨ ਸਨਮਾਨ ਜਿਹੜੇ ਸਰਦਾਰ ਵਿਜੇ ਜੀ ਕਿਹੜੇ ਮੇਰੇ ਵਾਸੀ ਜਗਮੋਹ ਸਿੰਘ ਜੀ ਉਹਨਾਂ ਦੇ ਪਰਿਵਾਰ ਦਾ ਪਲੀਜ਼ ਕੋਈ ਵੀ ਮੈਂਬਰ ਹੋਵੇ ਤਾਂ ਪਲੀਜ਼ ਆ ਕੇ ਸਟੇਜ ਤੋਂ ਆਪਣਾ ਮਾਨ ਸਨਮਾਨ ਲਓ ਜੀ। ਅਜਾਇਜ਼ਾ ਸਰ ਕੋਈ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਸ ਤੋਂ ਅੱਗੇ ਬੇਨਤੀ ਕਰਾਂਗੇ ਸਰਦਾਰ ਜਫਰ ਸਿੰਘ ਜੀ ਪਲੀਜ਼ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਲੈਣਗੇ ਸਟੇਜ ਉੱਤੋਂ। ਉਸ ਤੋਂ ਅੱਗੇ ਸਰਦਾਰ ਰਾਜਾ ਸਿੰਘ ਜੀ, ਸਾਨਾ ਪੁੱਤਰ ਮਹਿਰ ਸਿੰਘ ਜੀ ਪਲੀਜ਼ ਉਹ ਵੀ 3100 ਰੁਪਏ ਉਹਨਾਂ ਦੇ ਵੱਲੋਂ ਦਿੱਤਾ ਗਿਆ। ਦਿਨੇਸ਼ ਸ਼ਰਮਾ ਜੀ 3100 ਰੁਪਏ ਦਾ ਯੋਗਦਾਨ ਆਇਆ ਪਲੀਜ਼ ਆ ਕੇ ਆਪਣਾ ਸਟੇਜ ਤੋਂ ਮਾਨ ਸਨਮਾਨ ਲਓ ਜੀ। ਉਸ ਤੋਂ ਅੱਗੇ ਪਰਮਜੀਤ ਸਿੰਘ ਜੀ ਫੌਜੀ 2300 ਰੁਪਏ ਇਹਨਾਂ ਦੇ ਵੱਲੋਂ ਦਿੱਤਾ ਗਿਆ ਪਲੀਜ਼ ਆ ਕੇ ਸਟੇਜ ਤੋਂ ਆਪਣਾ ਮਾਨ ਸਨਮਾਨ ਲੈ ਲੈਣ। ਸਾਰੀ ਅਗਲੇ ਮੈਚ ਲਈ ਕੁਫਰਾਣਾ ਤੇ ਥੱਲੇ ਕੇ ਪਹੁੰਚੇ ਹੋਏ ਹੈ ਧੰਨਾ ਸ਼ਹੀਦ ਵੱਲ ਵੀ ਆ ਗਏ ਹੈ ਆਪਣਾ ਸਮਾਲ ਸਰ ਆਏ ਵੀ ਹੱਥ ਖੜਾ ਕਰ ਦਿਓ। ਸਮਾਲ ਸਰ ਦੀ ਟੀਮ ਗਰਾਊਂਡ ਦੇ ਨੇੜੇ ਪਹੁੰਚ ਜਾਵੇ। ਹਾਂਜੀ ਟਿੱਕੇਦਾਰ ਸਾਹਿਬ ਕੇਵਲ ਸਿੰਘ ਜੀ ਪ੍ਰਧਾਨ ਭਾਈ ਜੀ 2100 ਰੁਪਏ ਪਲੀਜ਼ ਆ ਕੇ ਸਟੇਜ ਤੋਂ ਆਪਣਾ ਮਾਨ ਸਨਮਾਨ ਲਓ। 2100 ਰੁਪਏ ਦਿੱਤਾ ਉਹਨਾਂ ਨੇ ਕੇਵਲ ਸਿੰਘ ਜੀ ਪ੍ਰਧਾਨ ਪਲੀਜ਼ ਉਹਨਾਂ ਨੂੰ ਬੇਨਤੀ ਕਰਾਂਗੇ ਆਪਣਾ ਮਾਨ ਸਨਮਾਨ ਲਓ। ਇਸ ਤੋਂ ਅੱਗੇ ਦਰਸ਼ਕ ਸਿੰਘ ਜੀ ਮਾਸਕ 2100 ਰੁਪਏ ਇਹਨਾਂ ਦੋਨੋਂ ਦਿੱਤਾ ਗਿਆ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਦਰ ਜਾ ਰਿਹਾ। ਜਗਿੰਦਰ ਸਿੰਘ ਜੀ ਨੰਬਰਦਾਰ 2100 ਰੁਪਏ ਪਲੀਜ਼ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਜਿਹੜਾ ਸਟੇਜ ਤੋਂ ਲੈਣਗੇ।
ਉਸ ਤੋਂ ਅੱਗੇ ਜੀ ਬੇਨਤੀ ਕਰਦੇ ਹਰਦੇਵ ਸਿੰਘ ਜੀ ਚੰਦ ਪੁਰਾਣਾ ਪਿੰਡ ਦਾ 21 ਰੁਪਏ ਦਿੱਤਾ ਜੈਮਲ ਵਾਲੇ ਜਿਸ ਤੋਂ ਦੇ ਲਈ ਪਲੀਜ਼ ਵੀ ਆ ਕੇ ਆਪਣਾ ਮਾਸਕ ਮਾਲ ਹੋ ਜੀ ਉਸ ਤੋਂ ਅੱਗੇ ਸਰਦਾਰ ਅਮਰ ਸਿੰਘ ਜੀ ਬਰਾੜ ਲੰਗੇਵਾਲਾ ਪਿੰਡ 21 ਰੁਪਏ ਦੀ ਟੈਕਸ ਆਪਾਂ ਦਿੱਤੀ ਗਈ ਆ ਪਲੀਜ਼ ਉਹ ਵੀ ਆ ਕੇ ਆਪਣਾ ਮਾਸਕ ਮਾਲ ਲੈ ਲੈਣ ਜਸਵਿੰਦਰ ਸਿੰਘ ਜੀ ਬਰਾੜ ਸਾਹਿਬ ਇਹਨਾਂ ਵੱਲੋਂ 21 ਰੁਪਏ ਦਿੱਤਾ ਗਿਆ ਪਲੀਜ਼ ਉਹ ਵੀ ਆ ਕੇ ਆਪਣਾ ਮਾਸਕ ਮਾਲ ਜਿਹੜਾ ਸਟੇਜ ਤੋਂ ਲੈ ਲਓ ਸਿੰਦਰ ਸਿੰਘ ਜੀ ਨੰਬਰਦਾਰ 1700 ਰੁਪਏ ਦੀ ਟੈਕਸ ਆਈ ਆ ਪਲੀਜ਼ ਆ ਕੇ ਆਪਣਾ ਮਾਸਕ ਮਾਲ ਲਓ ਜੀ ਗੁਰਮੀਤ ਸਿੰਘ ਜੀ ਨੰਬਰਦਾਰ ਪਲੀਜ਼ 1700 ਰੁਪਏ ਉਹਨਾਂ ਨੂੰ ਦਿੱਤਾ ਗਿਆ ਉਹ ਵੀ ਆ ਕੇ ਆਪਣਾ ਮਾਸਕ ਮਾਲ ਲਓ ਜੀ ਸਰਦਾਰ ਪਾਲ ਸਿੰਘ ਜੀ ਮਾਸਟਰ 1600 ਰੁਪਏ ਉਹਨਾਂ ਨੇ ਦਿੱਤਾ ਉਹਨਾਂ ਨੂੰ ਬੇਨਤੀ ਕਰਦੇ ਆਪਣਾ ਮਾਸਕ ਮਾਲ ਲਓ ਜੀ ਨਾਲ ਹੀ ਜਿਹੜੇ ਮੈਚ ਚੱਲਦੇ ਆ ਤਿੰਨ ਮੁਕਾਬਲੇ ਦੇ ਪੁਆਇੰਟ ਜਿਹੜੇ 15.5 ਤੇ 16 ਜੀ ਟੀਮਾਂ ਔਰ ਸਾਡੇ ਸਕੋਰਰ ਵੀ ਧਿਆਨ ਰੱਖਣਾ 15.5 ਤੇ 16 ਪੁਆਇੰਟ ਇਹਨਾਂ ਮੁਕਾਬਲਿਆਂ ਦੇ ਹੈ 15.5 ਤੇ 16 ਬਾਈ ਜੀ ਪਹਿਲਾਂ ਅਸੀਂ ਅਨਾਊਂਸ ਸਾਹਿਬ ਨੂੰ ਭੁੱਲ ਗਏ ਹਾਂ ਤੇ ਪ੍ਰਬੰਧਕ ਕਮੇਟੀ ਦਾ ਫੈਸਲਾ ਕਿਉਂਕਿ ਕਮੇਟੀ ਜੋ ਵੀ ਆਪਣਾ ਦੱਸ ਸਕਦੀ योगदान जिन्हों का भी मान सम्मान रहा मेरे वीर आगे स्टेज तो आप अपने मान सम्मान ले लो क्योंकि कल जी कबड्डी के मैच बहुत तगड़ी खेले जा रहे हैं मेरे वीर समय की कदर करते हुए आप अपने मान सम्मान जो चैलेंज स्टेज पर बड़ी मेहरबानी होगी बाकी भाई जी कोई जेकर ना बोलने वालों रह गया हो तो अभी साड़ी टूरनामेंट कमेटी वालों ग्राम पंचायत के नगर वालों माफी चाहते हैं कई बार ना भाई जी बोलने से रह जाता तो कमेटी की जांच का बहुत बहुत धन्यवाद हो तो ग्राउंड अगले कर जा मेरा भी सरकार का जरा जी अगले मैच ने खुखराणा से ढले के समाल सर ने धने शहीद न जुड़ना है इन टीमों के प्लेयर को भी बेनती है भी अपने आप को वार्म अप करके ग्राउंड के लागे पुज जाना है लो इधर बने वेखते भी कल करा वाला गभरू इस समय पॉइंट जरा नौजवान अपनी टीम के हिस्से जुड़ता हुआ है चल भी गभरू आ पा भी कबड्डी इधर बने वेखते हैं भी प्रसिद्ध खेल लेखक भी है प्रसिद्ध गीतकार भी है इधर बने वेखते भी लखवीर कोवल का पेंडू है प्रसिद्ध खिलाड़ियों का पेंडू है आलमले का शेरू इस समय खेल मैदान के अंदर कबड्डी पा रहा है रोडिया की टीम की तरफों बोलिया हुआ धावा है और उधर बने वेखते भी कबड्डी के खेत्र जाने पहचाने नौ है घल कला पिंड का और इधरले बने वेखते भी गुजर वाली है पीला इस समय फैसला जरा भी पॉइंट जरा कोमन है चल भी नौजवान पा भी कबड्डी इधरले बने प्रगट नौजवान अगली कबड्डी वेखते भी खेल मैदान के अंदर एक कहते हिम्मतपुरी है प्रगट दुनिया भर के प्रसिद्ध है इंग्लैंड दखो वक्रिया क्लबा दे खेलने वाला पर इधरले बने ना ही देखते भी पाई भी कबड्डी है खेल मैदान के अंदर पाई भी कबड्डी इस समय नौजवान प्रगट दी है लो हों मुकाबला और पवाए जरा जापिया के हिस्से
वाला वीर कली वाला हीरा साडा वीर जिथे भी आवाज नु सुनदा है अपनी ड्यूटियां ते पहुंच जावे हीरा कली वाला उस वीर का भी धन्यवाद है। उधर दूसरे पासे अरविंद आवाज मार लो जेडी पासे कली पौनी है नाल ही गब्बर साउंड सर्विस इन्हां सज्जणां का भी धन्यवाद है। और इधर लपड़े वेखदे ने एक पासे गबरू देखते रोडे पिंड का दूसरे पासे घल कलां दा है ते पॉइंट जिहड़ा इस समय नौजवान भाबी के हिस्से जुड़ता हुआ है। चल भी जवाना भाबी कबड्डी की आ गई जवान वेखो खिंच के दे आ रही मेहनतों के नाल किवें पाटियां सिंगा रही है लगूगा मकान विच जोर चोटी अते अड्डी दा कौडी तो बन के हीरा जिनू लग जी इश्क कबड्डी दा कौडी तो बन के हीरा जिनू लग जी इश्क कबड्डी दा लो कबड्डी दे नाल कुड़ियां प्रीतां है कबड्डी नाल प्यार है। और कहिंदे कल नूं साडे बाबा शिंदर सिंह जी नाल ही बाबा चमकौर सिंह जी जो हिट क्रांति ने इत्थे साडे गुरुद्वारा गुरुसर साहिब दे उहनां वल्लों कोच मनजिंदर सिंह जी सीपा साडे वीर पहलां पिछले सैकंड पर वर्ल्ड कप के उन्होंने नेपाल की टीम को कोचिंग दी इस वे कीरिया की टीम को कोचिंग दी वड्डी सेवावां वड्डी देन है यह मान फिर कबड्डी के लिए उन्होंने जिहड़े वीर विशेष मान सम्मान किए जा रहे हैं मनजिंदर सिंह भालम वाला ना ही भाणे वाले सेवक और कलकां दे सोने का भी विशेष तौर पर मान सम्मान होगा इन्हें खेल मैदानों के इस समय शेरू आलम वाले पिंड का कबड्डी पा रहा है। और दूसरे पास वेखते भी नौजवान गभरू इस समय कलकां पिंड है अजकल कहते भी कुड़ी चढ़ तैंबू वर्गियां दी नाल सोने वर्गे लखे वर्गे और नाल ही मंगल वर्गे पर इस समय वेखते भी आलम वाले पिंड का गभरू लखा जी पॉइंट जरा यह तो लिपने रोडिया की टीम के हिस्से जोड़ता है। प्रगट सिंह इस समय कलकां पिंड का नौजवान देखते भी पूंजा पसीना ताने सीना पासे हरजी शकीना इधर लिपने पैफी कबड्डी है खेल मैदान के अंदर। और देखते भी प्रगट इस समय पॉइंट जरा अपने पिंड की टीम के लिए कलकां की टीम के लिए लखा जी पॉइंट जोड़ता हुआ है। चल भी जवाना भाबी कबड्डी इधर लिपने देखते भी नौजवान की पैफी कबड्डी है और इधर लिपने चार जाफी है लो पई भी कबड्डी और नाल ही मुबारकबाद है अज की इस कबड्डी टूरनामेंट की सारे ही सारे प्रबंधक वीर लो एक पासे गोडा है दूसरे पासे देखते भी गभरू रोडे पिंड का है लो सामने फड़िया कुट्ट है देखना भी इस समय फैसला जिहड़ा नौजवान भागी के हिस्से जुड़ा हुआ है कि राजे खेले दावेदार टीम सारिया दर्शक वीर भी वजाऊ तारिया तो पैंती है कबड्डी हुण लख लख की अज वेख लो ग्राउंडा च जवानी नच रही हुण वेख लो ग्राउंडा च जवानी नच रही है अज इन्हां खेड मैदानों के अंदर गुरुद्वारा साहब दीआं पावन पवित्र ग्राउंडा दे विच चलदा होया मुकाबला पंजाबियों की जिंद जान खेड है पंजाबियों की मां खेड कबड्डी का मुकाबला है। लो इधर लिपने वेखदे भी गभरू रोडे पिंड का है ला तकड़ा जिहा जफ्फा इस समय बल्ले बल्ले करवाउण वाली गल है ते पॉइंट जिहड़ा रोडिया की टीम के हिस्से जुड़ता है खुखराना वासी धले के धरना शहीद बी ने खेलना समाल सर के नाल तवंडी पंघेरिया की टीम जी बाई मिली है नाल ही जिहड़ा तीसरा राउंड है जिहड़ा कल नूं स्टार्ट करवाया जाएगा सारिया ही टीमों के प्लेयर साहबान नोट कर लैन लो इधर लिपने पाई हुई कबड्डी है कि खेड कबड्डी खेलना शौक पंजाबी शेरां दा लो इधर लिपने पाई हुई कबड्डी फड़िया किता है पर इधर लिपने पॉइंट जिहड़ा नौजवान धावी के हिस्से जुड़ता हुआ है पॉइंट जिहड़ा रोडिया की टीम का है। चल भी गभरू है पावी कबड्डी इधर लिपने वेखदे भी नौजवान अगली कबड्डी पाउण लई इस समय खेड मैदान के अंदर कबड्डी पा रहा है इधर लिपने पाई हुई कबड्डी है गब्बर साउंड सर्विस वाले साढ़े सज्जन अपने साउंड को पुजान जी सज्जन याद करते हैं गब्बर साउंड सर्विस उमड़ी जाना बहुत धन्यवाद है साढ़े इन्होंने वीर का भी अपनिया जो सेवावान दे रहे हैं साढ़े इस खेड मेले के लिए। चल भी नौजवाना पावी कबड्डी इधर लिपने कि तेरी रजा विच सारी कायनात चलती नहीं जिंदगी भरोसा यार एक पल की ते लाल मिलते करोड़ी नहीं लखी मालका निगा मेहर की ग्राउंड उत्ते तू रखी मालका निगा मेहर की ग्राउंड उत्ते रखी मालका लो इधर लिपने वेखते भी गुरुद्वारा साहब दी ग्राउंड है और जिन्हें भी दर्शक वीर पुजे हुए हैं जिन्हें भी टीम पुजी आप सारे का धन्यवाद करते हैं जी ए आखते हैं कि बड़ी दूरों दूरों आए बैठे भुखे देते आए बड़ी दूरों दूरों आए बैठे भुखे देते आए देख गभरुआ के शरीर इन्होंने ना किसी गल की घाट लड़ के अच्छ बोलता कबड्डी का जनून पंजाबियों के सिर चढ़ के
ਅੱਜ ਬੋਲਦਾ ਕਬੱਡੀ ਦਾ ਜਨੂਨ ਪੰਜਾਬੀਆਂ ਦੇ ਸਿਰ ਚੜ ਕੇ ਪੰਜਾਬੀਆਂ ਦੀ ਜਿੰਦ ਜਾਨ ਖੇਡ ਹੈ ਫੜਿਆ ਕੁੱਟਦਾ ਹੈ ਵਾਹ ਦੇਖਦੇ ਵੀ ਇਹ ਤਲਬ ਨੇ ਜੇ ਇਹ ਤਲਬ ਨੇ ਨੌਜਵਾਨਾਂ ਦੇ ਵਿਚਕਾਰ ਜਦੋਂ ਤੱਕ ਜਾਰੀ ਹੈ ਤੇ ਪੁਆਇੰਟ ਜਿਹੜਾ ਜਾਪੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਇਸੇ ਨਾਲ ਮੁਕਾਬਲਾ ਜਿਹੜਾ ਸਮਾਪਤ ਹੈ ਰੋਡਿਆਂ ਦੇ 16 ਪੁਆਇੰਟ ਹੈ ਕਾਲਕਲਾਂ ਦੇ 9.5 ਪੁਆਇੰਟ ਹੈ 9.5 ਤੇ 16 ਦੇ ਮੁਕਾਬਲੇ ਰੋਡਿਆਂ ਦੀ ਟੀਮ ਚੱਲਦੇ ਹੋਏ ਮੁਕਾਬਲੇ ਦੇ ਵਿੱਚੋਂ ਜੇਤੂ ਰਹੀ ਹੈ ਆਹੋ ਜਿਹੜਾ ਹੁਣ ਮੈਚ ਹੈ ਧੱਲੇਕੇ ਤੇ ਖੁਖਰਾਣਾ ਧੰਨਾ ਸ਼ਹੀਦ ਤੇ ਆਪਣਾ ਸਮਾਨ ਸਰ ਨਾਲ ਹੀ ਤਲਵੰਡੀ ਭੰਗੇਰੀਆਂ ਦੀ ਟੀਮ ਨੂੰ ਜਿਹੜੀ ਬਾਈ ਮਿਲੀ ਹੈ ਆਹ ਵੀ ਖੁਖਰਾਣਾ ਵਰਸੀ ਚ ਧੱਲੇਕੇ ਸਮਾਨ ਸਰ ਨੇ ਧੰਨਾ ਸ਼ਹੀਦ ਨਾਲ ਖੇਡਣਾ ਹੈ ਗੱਬਰ ਸਾਊਂਡ ਵਾਲੇ ਸਾਡੇ ਕਰਨੈਲ ਸਿੰਘ ਜੀ ਜਿੱਥੇ ਵੀ ਆਵਾਜ਼ ਸੁਣਦੇ ਨੇ ਕਿਰਪਾ ਕਰਕੇ ਸਾਊਂਡ ਕੋਲੇ ਪਹੁੰਚ ਜਾਣ ਜੀ ਸਾਡੇ ਗੱਬਰ ਸਾਊਂਡ ਸਰਵਿਸ ਸੁਣੀ ਜਾਣਾ ਤੇ ਕਰਨੈਲ ਸਿੰਘ ਜੀ ਆਪਣੇ ਸਾਊਂਡ ਕੋਲੇ ਪਹੁੰਚ ਜਾਣ ਜੀ ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਖੁਖਰਾਣਾ 15.5-16 ਖੁਖਰਾਣਾ ਵਰਸੀ ਧੱਲੇਕੇ ਦੀਆਂ ਟੀਮਾਂ ਦਾ ਮੁਕਾਬਲਾ ਹੈ ਪਾਸੇ ਜਿਹੜੇ ਨੋਟ ਕਰ ਲਓ ਧੱਲੇਕਿਆਂ ਦੀ ਟੀਮ ਆ ਗਈ ਗੁਰਦੁਆਰਾ ਸਾਹਿਬ ਵਾਲੇ ਪਾਸੇ ਮੇਨ ਗੇਟ ਵਾਲੀ ਸਾਈਡ ਧੱਲੇਕਿਆਂ ਦੀ ਟੀਮ ਹੈ ਜੀ ਔਰ ਦੂਸਰੇ ਪਾਸੇ ਜਿਹੜੇ ਪਾਸੇ ਗੁਰਦੁਆਰਾ ਸਾਹਿਬ ਦੀ ਵਾਟਰ ਵਰਕਸ ਵਾਲੀ ਟੈਂਕੀ ਹੈ ਇੱਧਰ ਪਾਣੀ ਵਾਲੀ ਇੱਧਰਲੇ ਪਾਸੇ ਟੀਮ ਜਿਹੜੀ ਇਹ ਖੁਖਰਾਣੇ ਦੀ ਹੈ ਖੁਖਰਾਣੇ ਦੀ ਟੀਮ ਸਟੇਜ ਦੇ ਸੱਜੇ ਹੱਥ ਹੈ ਧੱਲੇਕਿਆਂ ਦੀ ਟੀਮ ਸਟੇਜ ਦੇ ਖੱਬੇ ਹੱਥ ਹੈ ਪਹਿਲੀ ਰੇਡ ਦੇਖਦੇ ਵੀ ਕਿਸ ਟੀਮ ਦੀ ਹੋਵੇਗੀ ਨਾਲ ਹੀ ਸਮਾਲ ਸਰ ਵਾਰਸੀ ਧੰਨੇ ਸ਼ਹੀਦ ਦੀਆਂ ਟੀਮਾਂ ਤਿਆਰੀਆਂ ਖਿੱਚ ਲਓ ਮੇਰੇ ਵੀਰ ਸਮਾਲ ਸਰ ਤੇ ਧੰਨਾ ਸ਼ਹੀਦ ਗੁਰਦੁਆਰਾ ਸਾਹਿਬ ਦਾ ਲਾਂਗਰੀ ਸਾਡਾ ਵੀ ਇੱਥੇ ਮੈਚ ਦੇਖ ਰਿਹਾ ਜਾਂ ਇੱਥੇ ਆਸੇ ਪਾਸੇ ਕਿਰਪਾ ਕਰਕੇ ਬੇਨਤੀ ਹੈ ਵੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਜਾਵੇ ਗੁਰਦੁਆਰਾ ਸਾਹਿਬ ਦਾ ਲਾਂਗਰੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਜਾਵੇ ਜੀ ਮੈਚ ਜਿਹੜਾ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ ਵੇਟ ਕਮੇਟੀ ਪਹੁੰਚ ਜੀ ਆਪਣਾ ਕਮਰੇ ਦੇ ਵਿੱਚ ਹੈਲੋ ਹਾਂਜੀ ਇਹਦੇ ਲਈ ਆਪਣੇ ਮੈਚ ਜਿਹੜਾ ਸਟਾਰਟ ਹੋਣ ਜਾ ਰਿਹਾ ਥੋੜਾ ਜਿਹੜਾ ਵੇਟ ਦੀ ਕੋਈ ਪ੍ਰੋਬਲਮ ਹੈ ਵੇਟ ਕਮੇਟੀ ਵੀ ਸਾਡੀ ਪਹੁੰਚ ਗਈ ਉੱਥੇ ਵੇਟ ਵਾਲੇ ਕਮਰੇ ਦੇ ਵਿੱਚ ਨਾਲ ਹੀ ਅਗਲਾ ਮੈਚ ਜਿਹੜਾ ਧੰਨਾ ਸ਼ਹੀਦ ਵਾਰਸੀ ਚ ਸਮਾਲ ਸਰ ਧੰਨਾ ਸ਼ਹੀਦ ਤੇ ਸਮਾਲ ਸਰ ਦਾ ਮੈਚ ਹੋਵੇਗਾ ਇਹ ਦੋਨੋਂ ਟੀਮਾਂ ਇੱਧਰ ਧੰਨਾ ਸ਼ਹੀਦ ਧਾਈ ਹੋਈ ਹੈ ਸਮਾਲ ਸਰ ਆ ਗਿਆ ਵੀਰੇ ਸਮਾਲ ਸਰ ਦੀ ਟੀਮ ਨੂੰ ਬੇਨਤੀ ਹੈ ਵੀ ਇੱਧਰ ਵੇਟਿੰਗ ਰੂਮ ਦੇ ਵਿੱਚ ਪੁੱਛ ਜਾਵੇ ਸਮਾਲ ਸਰ ਦੀ ਟੀਮ ਕਿਉਂਕਿ ਇਸ ਮੈਚ ਤੋਂ ਬਾਅਦ ਸਮਾਲ ਸਰ ਦਾ ਮੁਕਾਬਲਾ ਹੈ ਸਮਾਲ ਸਰ ਵਾਰਸੀ ਚ ਧੰਨੇ ਸ਼ਹੀਦ ਦਾ ਇਸ ਤੋਂ ਅਗਲਾ ਮੈਚ ਹੋਵੇਗਾ ਬੇਨਤੀ ਹੈ ਸਮਾਲ ਸਰ ਦੀ ਟੀਮ ਧੰਨਾ ਸ਼ਹੀਦ ਦੀ ਟੀਮ ਜਿਹੜੀ ਵੇਟਿੰਗ ਰੂਮ ਵਿੱਚ ਪੁੱਜੀ ਹੋਈ ਹੈ ਸਮਾਲ ਸਰ ਦੀ ਟੀਮ ਦੇ ਪਲੇਅਰ ਸਾਹਿਬਾਨ ਜਲਦੀ ਦੇ ਨਾਲ ਗਰਾਊਂਡ ਦੇ ਨੇੜੇ ਆ ਜਾਣ ਜੀ ਹਾਂ
ਸਮਾਨ ਸਰ ਦੀ ਟੀਮ ਗਰਾਊਂਡ ਦੇ ਨੇੜੇ ਆ ਜੇ। ਸਮਾਨ ਸਰ ਧਰਨਾ ਸ਼ਹੀਦ ਪਹੁੰਚੇ ਹੋਏ ਹੈ, ਸਮਾਨ ਸਰੀਏ ਦਾ ਇੰਤਜ਼ਾਰ ਹੈ। ਇਸ ਤੋਂ ਅਗਲਾ ਮੈਚ ਸਮਾਨ ਸਰ ਵਾਰਸੀ ਧਰਨੇ ਸ਼ਹੀਦ ਦਾ ਖੇਡਿਆ ਜਾਵੇਗਾ ਜੀ। ਸਮਾਨ ਸਰ ਵਾਰਸੀ ਧਰਨਾ ਸ਼ਹੀਦ ਇਹਦਾ ਦੋਨੋਂ ਹੀ ਟੀਮਾਂ ਦਾ ਇਸ ਤੋਂ ਅਗਲਾ ਮੈਚ ਹੋਵੇਗਾ। ਜਲੇਬੀਆਂ ਜਿਹੜਾ ਜਿੱਤੂ ਉਹਨੂੰ ਵੱਧ ਤੋਂ ਵੱਧ ਜਲੇਬੀਆਂ ਭੁੱਖਾ ਨਾ ਹੋਵੇਗਾ ਤਿੰਨ ਗੇੜੇ ਲੱਗ ਜਾਵੇ। ਸਾਰੇ ਕਹਾਂ ਗਏ ਬੇਨਤੀ ਹੈ ਜੀ ਸਾਡੇ ਵੇਟ ਕਮੇਟੀ ਵਾਲੇ ਮੈਂਬਰ ਸਵਾਰ ਨੇ, ਥੋੜਾ ਜਲਦੀ ਕਰ ਦਿਓ ਮੇਰੇ ਵੀਰ ਫੈਸਲਾ। ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ। ਪਹਿਲੀ ਕਬੱਡੀ ਖੁਖਰਾਣੇ ਪਿੰਡ ਦਾ ਗੱਭਰੂ ਇਸ ਸਮੇਂ ਧੱਲੇਕਿਆਂ ਦੇ ਵਿਹੜੇ ਦੇ ਵਿੱਚ ਕਬੱਡੀ ਪਾ ਰਿਹਾ ਹੈ। ਧੱਲੇਕੇ ਪਿੰਡ ਦੇ ਚਾਰ ਨੌਜਵਾਨ ਜਾਫੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਔਰ ਖੁਖਰਾਣਾ ਪਿੰਡ ਕਹਿੰਦੇ ਵੀ ਭਿੰਡੇ ਵਰਗਿਆਂ ਦਾ ਦਿੱਲੀ ਵਰਗਿਆਂ ਦਾ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ। ਇਧਰ ਲੱਭਣੇ ਵੇਖਦੇ ਵੀ ਧੱਲੇਕੇ ਪਿੰਡ ਬਾਪੂ ਮਹਿਤਾ ਧੱਲੇਕੇ ਵਾਲਾ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਹਰਦੇਵ ਸਿੰਘ ਜੀ ਚਾਲ ਹੋਰਾਂ ਦੀ ਵੱਡੀ ਦੇਣ ਹੈ ਕਬੱਡੀ ਦੇ ਲਈ, ਉੱਥੇ ਚਾਨੇ ਵਰਗੇ ਵੀ ਪ੍ਰਸਿੱਧ ਹੈ। ਪਰ ਪੁਆਇੰਟ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇਹ ਥੱਲੇ ਬੰਨੇ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ। ਦੇਖਦੇ ਵੀ ਮਹਿਰੋ ਪਿੰਡ ਹੈ, ਜੀਤਾ ਨਾਮ ਹੈ, ਕਦੇ ਵੇਖਦੇ ਵੀ ਦੁਆਬੀ ਇਹ ਜੀਤੇ ਦੀਆਂ ਗੱਲਾਂ ਵੀ ਫੈਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਕੇ ਗੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ ਸਿੰਘ ਫਸ ਕੇ ਗੁੰਡੀਆਂ ਦੇ ਮਿੱਤਰਾਂ ਬਹਿ ਜਾ ਗੋਡੀ ਲਾ ਕੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਗੱਭਰੂਆ ਪਾ ਵੀ ਕਬੱਡੀ ਇਹ ਥੱਲੇ ਬੰਨੇ ਵੇਖਦੇ ਵੀ ਅਗਲੀ ਕਬੱਡੀ ਇਸ ਸਮੇਂ ਨੌਜਵਾਨ ਕਬੱਡੀ ਖਿਡਾਰੀ ਖੇਡ ਮੈਦਾਨ ਦੇ ਅੰਦਰ ਖੁਖਰਾਣੇ ਪਿੰਡ ਦਾ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਹੈ ਥੱਲੇ ਕੇ ਪਿੰਡ ਦੇ, ਦੇਖਦੇ ਵੀ ਕੌਣ ਗੱਭਰੂ ਜੱਫਾ ਲਾ ਦੇਗਾ। ਇਹ ਥੱਲੇ ਬੰਨੇ ਪਾਈ ਹੋਈ ਕਬੱਡੀ ਦੇਖਣੇ ਵੀ ਇਹ ਥੱਲੇ ਬੰਨੇ ਪਾਈ ਹੋਈ ਲੇਡ ਹੈ ਨੌਜਵਾਨ ਖਿਡਾਰੀ ਦੀ ਔਰ ਇਹ ਥੱਲੇ ਬੰਨੇ ਸਾਹਮਣੇ ਹੁੰਦਾ ਹੋਇਆ ਮੁਕਾਬਲਾ ਹੈ ਦੋਨੋਂ ਹੀ ਗੱਭਰੂਆਂ ਦਾ ਔਰ ਇਹ ਥੱਲੇ ਬੰਨੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਔਰ ਇਹ ਖੇਡ ਨਾ ਹੇਰਾ ਫੇਰਾਂ ਦੀ ਇਹ ਖੇਡ ਹੈ ਮਰਦ ਦਲੇਰਾਂ ਦੀ ਡਾਲਰਾਂ ਤੇ ਪਾਉਂਡਾਂ ਤੇ ਹੁਣ ਯੂਰੋ ਦੇ ਵਿੱਚ ਵਿਕਦੀ ਹੈ ਕਬੱਡੀ ਬੱਬਰ ਸ਼ੇਰਾਂ ਦੀ ਡਾਲਰ ਪਾਉਂਡ ਯੂਰੋ ਦੇ ਵਿੱਚ ਵਿਕਦੀ ਹੈ ਹੁਣ ਕਬੱਡੀ ਬੱਬਰ ਸ਼ੇਰਾਂ ਦੀ ਕਿਉਂਕਿ ਜਿਹੜਾ ਕਨੇਡਾ ਖੇਡਦਾ ਹੈ ਅਮੈਰੀਕਾ ਖੇਡਦਾ ਹੈ ਡਾਲਰ ਮਿਲਦੇ ਹੈ ਇੰਗਲੈਂਡ ਦੇ ਵਿੱਚ ਪਾਉਂਡ ਮਿਲਦੇ ਹੈ ਯੂਰਪ ਦੇ ਮੁਲਕਾਂ ਦੇ ਵਿੱਚ ਯੂਰੋ ਮਿਲਦੇ ਹੈ ਇਧਰ ਲੱਭਣੇ ਜੀਤਾ ਵੇਖਦੇ ਵੀ ਮਹਿਰੋ ਪਿੰਡ ਹੈ ਥੱਲੇਕਿਆਂ ਦੀ ਟੀਮ ਦੇ ਵੱਲੋਂ ਖੇਡ ਰਿਹਾ ਹੈ ਇਧਰ ਲੱਭਣੇ ਵੇਖਦੇ ਵੀ ਕੌੜੇ ਵਾਲਾ ਕੌੜੇ ਵਾਲਾ ਪਿੰਡ ਹੈ ਕਬੱਡੀ ਜਗਤ ਦੇ ਵਿੱਚ ਨੌਜਵਾਨ ਨੂੰ ਪਿਆਰ ਨਾਲ ਬੰਬ ਆਖ ਦਿੰਦੇ ਹੈ ਪਰ ਪੁਆਇੰਟ ਇਸ ਸਮੇਂ ਜੀਤੇ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇਧਰ ਫਿਰ ਕਬੱਡੀ ਹੈ
ਨੌਜਵਾਨ ਖਿਡਾਰੀ ਖੁਖਰਾਣੇ ਪਿੰਡ ਦਾ ਹੈ, ਨਾਲ ਹੀ ਤੰਨਾ ਸ਼ਹੀਦ ਵਰਸੀ ਜਿਹੜਾ ਸਮਾਲ ਸਰ ਦੀਆਂ ਟੀਮਾਂ ਦਾ ਇਸ ਤੋਂ ਅਗਲਾ ਮੈਚ ਜਿਹੜਾ ਖੇਡਿਆ ਜਾਵੇਗਾ। ਸਮਾਲ ਸਰ ਵਰਸੀ ਜੀ ਤੰਨਾ ਸ਼ਹੀਦ ਦੀਆਂ ਟੀਮਾਂ ਅਗਲੇ ਮੈਚਾਂ ਦੇ ਲਈ ਤਿਆਰ ਰਹਿਣ। ਇਧਰ ਲਿਬਨੇ ਪੁਆਇੰਟ ਜਿਹੜਾ ਧੱਲੇ ਗਿਆ ਦੀ ਟੀਮ ਦੇ ਹਿੱਸੇ ਜੁੜਦਾ ਹੈ, ਸਾਢੇ 15 ਤੇ 16 ਪੁਆਇੰਟ ਹੈ ਜਿੱਤਾਂ ਹਾਰਾਂ ਦੇ ਲਈ, ਸਾਢੇ 15 ਤੇ 16 ਪੁਆਇੰਟ ਹੈ। ਚੱਲ ਵੀ ਗੱਭਰੂਆ ਪਾਵੀ ਕਬੱਡੀ, ਇਧਰ ਲਿਬਨੇ ਅਗਲੀ ਕਬੱਡੀ ਵੇਖ ਰਹੇ ਵੀ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾ ਰਿਹਾ ਹੈ। ਜੀਤਾ ਮਹਿਰੋ ਪਿੰਡ ਦਾ ਇਸ ਸਮੇਂ ਵੇਖ ਰਹੇ ਵੀ ਕਦੇ ਸੈਦੋਗੇ ਵਾਲੇ ਦੀਆਂ ਗੱਲਾਂ ਹੈ, ਕਦੇ ਚੰਡੀ ਵਾਲਾ ਪ੍ਰਸਿੱਧ ਹੈ। ਇਧਰ ਲਿਬਨੇ ਭਾਈ ਵੀ ਕਬੱਡੀ ਹੈ, ਖੇਡ ਮੈਦਾਨ ਦੇ ਅੰਦਰ ਇਸ ਸਮੇਂ ਜੀਤਾ ਮਹਿਰੋ ਪਿੰਡ ਦਾ, ਪਰ ਦੂਸਰੇ ਪਾਸੇ ਗੱਭਰੂ ਖੁਖਰਾਣੇ ਪਿੰਡ ਦਾ ਹੈ। ਤੇ ਪੁਆਇੰਟ ਜਿਹੜਾ ਨੌਜਵਾਨ ਭਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਜਵਾਨ ਹੈ ਭਾਵੀ ਕਬੱਡੀ ਵੀ ਆ ਕੇ ਜਵਾਨ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਵਾਢੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅਤੇ ਅੱਡੀ ਦਾ ਕੌਡੀ ਤੋਂ ਬਣ ਜੇ ਹੀਰਾ ਜੀ ਨੂੰ ਲੱਗ ਜੀ ਇਸ ਕਬੱਡੀ ਦਾ। ਕਬੱਡੀ ਨਾਲ ਪਿਆਰ ਹੈ, ਕਬੱਡੀ ਨਾਲ ਸਾਂਝ ਹੈ। ਜਿੰਨਾ ਗੂੜੀਆਂ ਪ੍ਰੀਤਾਂ ਲਈਆਂ ਪਾਰ ਤੇ ਜੁਗਾਈਆਂ ਚੱਲ ਨਹੀਂ ਹੋ ਰਹੀਆਂ, ਗੂੜੀਆਂ ਪ੍ਰੀਤਾਂ ਪੰਜਾਬੀਆਂ ਦੀਆਂ ਇਹ ਮਾਂ ਖੇਡ ਕਬੱਡੀ ਦੇ ਨਾਲ। ਪੁਆਇੰਟ ਜਿਹੜਾ ਇਸ ਸਮੇਂ ਖੁਖਰਾਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਧੰਨਵਾਦ ਹੈ ਸਾਡੇ ਗੱਬਰ ਸਾਊਂਡ ਕੁਮਰੀਆਣਾ, ਨਾਲ ਹੀ ਇੱਧਰ ਸਾਡੇ ਪੰਜਾਬ live1.com ਵਾਲੇ ਸੱਜਣਾ ਦਾ ਪੂਰੀ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਅੱਜ ਦਾ ਇਹ ਖੇਡ ਮੇਲਾ। ਲਓ ਇਸ ਸਮੇਂ ਮਹਿਰੋ ਵਾਲੇ ਜੀਤੇ ਦੀ ਕਬੱਡੀ ਹੈ, ਦੇਖ ਰਹੇ ਵੀ ਸਾਹਮਣੇ ਦੂਸਰੇ ਪਾਸੇ ਨੌਜਵਾਨ ਭਿੰਡੇ ਵਰਗਿਆਂ ਦਾ ਪੇਂਡੂ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਢਾਬੀ ਦੇ ਹਿੱਸੇ ਹੈ। ਪੁਆਇੰਟ ਇਸ ਸਮੇਂ ਧੱਲੇ ਗਿਆ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਸ ਸਮੇਂ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਖੁਖਰਾਣਾ ਪਿੰਡ ਹੈ। ਨੌਜਵਾਨ ਕਬੱਡੀ ਖਿਡਾਰੀ ਦਾ ਸਾਂਵਲਾ ਜਿਹਾ ਦੇਖਦੇ ਵੀ ਰੰਗ ਹੈ, ਪਾਈ ਵੀ ਕਬੱਡੀ ਹੈ, ਲਾਲ ਰੰਗ ਦੀ ਨਿੱਕਰ ਹੈ, ਇਧਰ ਲਿਬਨੇ ਝੁਕਿਆ ਹੋਇਆ। ਲਓ ਇਸ ਸਮੇਂ ਕਮਾਨ ਦੀ ਤਰ੍ਹਾਂ ਗੱਭਰੂ ਔਰ ਖਿਲਾਰੀਆਂ ਹੋਈਆਂ ਬਾਹਾਂ ਨੇ ਬੋਲਿਆ ਹੋਇਆ ਧਾਵਾ ਖੇਡ ਮੈਦਾਨ ਦੇ ਅੰਦਰ। ਔਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਧੱਲੇ ਕੇ ਪਿੰਡ ਦਾ ਹੈ। ਲਓ ਸ਼ਾਮਾਂ ਵੀ ਢਲ ਚੱਲੀਆਂ ਹੈ, ਪੁਆਇੰਟ ਜਿਹੜਾ ਇਸ ਸਮੇਂ ਖੁਖਰਾਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਮਹਿਰੋ ਮਾਰਿਆ ਭਾਵੀ ਨੌਜਵਾਨ ਕਬੱਡੀ, ਲਓ ਜੀਤਾ ਮਹਿਰੋ ਪਿੰਡ ਦਾ, ਇਧਰ ਲਿਬਨੇ ਨੌਜਵਾਨ ਕਬੱਡੀ ਪਾ ਰਿਹਾ ਹੈ। ਔਰ ਦੇਖਦੇ ਵੀ ਇਧਰ ਲਿਬਨੇ ਹਲਕੀ ਜੀ ਸੱਟ ਵੀ ਲੱਗੀ ਹੋਈ ਹੈ ਮੋਢੇ ਉੱਪਰ, ਕਿਉਂਕਿ ਸੱਟਾਂ ਫੇਟਾਂ ਦੀ ਖੇਡ ਕਬੱਡੀ ਹੈ ਕਿ ਸੱਟ ਲੱਗੇ ਨਾ ਗਰਾਊਂਡ ਵਿੱਚ ਕਿਸੇ ਵੀ ਖਿਡਾਰੀ ਨੂੰ ਤੇ ਵੀ ਰਿਜਕੋ ਸਾਨੂੰ ਤੁਹਾਡੇ ਆਵੇ ਨਾ ਪੜਾਰੀ ਨੂੰ ਤੇ ਸੁੱਖ ਸ਼ਾਂਤੀ ਲਈ ਚੱਲੀ ਜਾਈ ਤੂੰ ਪੱਖੀ ਮਾਲਕਾ, ਨਿਗਾ ਮਿਹਰ ਦੀ ਗਰਾਊਂਡੇ ਉੱਤੇ ਰੱਖੀ ਮਾਲਕਾ, ਨਿਗਾ ਮਿਹਰ ਦੀ ਗਰਾਊਂਡੇ ਉੱਤੇ ਰੱਖੀ ਮਾਲਕਾ, ਮੇਰਾ ਬੜੀਆਂ ਨਿਗਾਹਾਂ ਨੇ ਉਹ ਸੱਚੇ ਪਾਤਸ਼ਾਹ ਦੀਆਂ ਇਹਨਾਂ ਗਰਾਊਂਡਾਂ ਉੱਪਰ, ਇਹਨਾਂ ਖਿਡਾਰੀਆਂ ਦੇ ਉੱਪਰ। ਇਸ ਸਮੇਂ ਖੁਖਰਾਣੇ ਪਿੰਡ ਦਾ ਗੱਭਰੂ ਗਰਭ ਵਿੱਚ ਗਾਨੀ ਹੈ, ਅੱਖਰੀ ਜਵਾਨੀ ਹੈ। ਔਰ ਦੂਸਰੇ ਪਾਸੇ ਧੱਲੇ ਗਿਆ ਵਾਲਾ ਹੈ, ਦੇਖਦੇ ਵੀ ਮਹਿਤਾ ਦੀ ਕਬੱਡੀ ਦਾ ਵਾਰਸ ਹੈ ਇਸ ਸਮੇਂ ਨੌਜਵਾਨ ਲਾਹ ਤਕੜਾ ਜਿਹਾ ਜੱਫਾ ਇਸ ਸਮੇਂ ਪੁਆਇੰਟ ਜਿਹੜਾ ਆਪਣੇ ਨਗਰ ਦੀ ਟੀਮ ਦੇ ਹਿੱਸੇ ਜੋੜਦਾ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਧਰ ਲਿਬਨੇ ਅਗਲੀ ਕਬੱਡੀ ਨੌਜਵਾਨ ਖਿਡਾਰੀ ਦੀ ਹੈ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਵਾਸੀ ਲੋਕੋ ਜਾਨ ਪੰਜਾਬੀਆਂ ਦੀ ਤੇ ਵਿੱਚ ਮੈਦਾਨ ਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ। ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਬਬਰ ਸ਼ੇਰਾਂ ਦੀ ਖੇਡ ਹੈ, ਗਰਾਊਂਡ ਵਿੱਚ ਪੈਂਦੀ ਹੋਈ ਰੇਡ ਹੈ, ਚਾਰ ਜਾਫੀ ਹੈ। ਇੱਧਰ ਲਿਬਨੇ ਵੇਖਦੇ ਵੀ ਨੌਜਵਾਨ ਮਾਈਕਲ ਹੈ ਖੁਖਰਾਣੇ ਪਿੰਡ ਦਾ, ਪਰ ਪੁਆਇੰਟ ਇਸ ਸਮੇਂ ਜੀਤੇ ਦੇ ਹਿੱਸੇ ਜੁੜਦਾ ਹੈ। ਇੱਧਰ ਲਿਬਨੇ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਖੁਖਰਾਣੇ ਵਾਲਾ ਗੱਭਰੂ ਹੈ ਇਸ ਸਮੇਂ ਅਗਲੀ ਕਬੱਡੀ ਦੇ ਲਈ। ਨਾਲ ਹੀ ਸਮਾਲ ਸਰ ਤੇ ਧੱਲੇ ਸ਼ਹੀਦ ਦੀਆਂ ਟੀਮਾਂ, ਇਹਨਾਂ ਟੀਮਾਂ ਨੂੰ ਵੀ ਬੇਨਤੀ ਹੈ ਅਗਲੇ ਮੈਚਾਂ ਦੇ ਲਈ ਦੋਨੋਂ ਟੀਮਾਂ ਜਿਹੜੀਆਂ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣਾ। ਧੰਨਾ ਸ਼ਹੀਦ ਵਰਸਿਜ ਸਮਾਲ ਸਰ ਦੀਆਂ ਟੀਮਾਂ ਦਾ ਅੱਜ ਦੇ ਦਿਨ ਦਾ ਇਹ ਲਾਸਟ ਮੈਚ ਹੋਵੇਗਾ। ਇਧਰ ਲਿਬਨੇ ਪੈਸੀ ਕਬੱਡੀ ਔਰ ਅੱਜ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ ਜਿਹੜਾ ਇਧਰ ਲਿਬਨੇ ਜਾਫੀਆਂ ਦੇ ਹਿੱਸੇ ਹੈ। ਚੱਲ ਵੀ ਨੌਜਵਾਨ ਪਾਵੀ ਕਬੱਡੀ, ਇਧਰ ਲਿਬਨੇ ਵੀ ਲੋੜ ਪੈਣ ਤੇ ਯਾਰਾਂ ਨੂੰ ਅੱਜ ਵਰਖਾਂਗੇ, ਅਣਚੱਲੇ ਹਥਿਆਰਾਂ ਨੂੰ ਅੱਜ ਵਰਖਾਂਗੇ। ਇਧਰ ਲਿਬਨੇ ਵੇਖਦੇ ਵੀ ਪਾਈਫੀ ਕਬੱਡੀ, ਨੌਜਵਾਨ ਧੱਲੇ ਕੇ ਪਿੰਡ ਦਾ ਕਬੱਡੀ ਪਾ ਰਿਹਾ ਹੈ। ਔਰ ਦੂਸਰੇ ਪਾਸੇ ਚਾਰ ਜਾਫੀ ਹੈ, 9 ਤੇ 10 ਤਰੀਕ ਧੱਲੇ ਗਿਆਂ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਇਧਰ ਲਿਬਨੇ ਪਾਈ ਹੋਈ ਲੇਡ ਹੈ ਖੇਡ ਮੈਦਾਨ ਦੇ ਅੰਦਰ, ਲੱਗਦਾ ਹੋਇਆ ਜੱਫਾ ਦੇਖਣਾ ਵੀ ਇਹ ਪੁਆਇੰਟ ਕਿਸ ਗੱਭਰੂ ਦੇ ਹਿੱਸੇ ਜੁੜਦਾ ਹੈ। ਲਓ ਅੱਗ ਜਾਫੀਆਂ ਦਾ ਹੈ ਪੁਆਇੰਟ ਜਿਹੜਾ ਖੁਖਰਾਣੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਕਿ ਫੁੱਲਾਂ ਉੱਤੇ ਭੌੜੇ ਨੱਚਣ ਤੇ ਬੱਦਲ ਵਿੱਚ ਸਮਾਨਾ, ਕੁੜੀਆਂ ਇਕੱਠੀਆਂ ਹੋਰ ਤ੍ਰਿੰਜਣਾ, ਗੱਭਰੂ ਵਿੱਚ ਮੈਦਾਨਾ,
ਕੁੜੀਆਂ ਕੱਟੀਆਂ ਹੋਰ ਤ੍ਰਿੰਜਣਾ ਤੇ ਖਿਡਾਰੀ ਵਿੱਚ ਮਦਾਨਾ ਅੱਜ ਮਦਾਨਾ ਦੀ ਗੱਲ ਹੈ ਇਹ ਮਾਲਵੇ ਦੀ ਧਰਤੀ ਹੈ ਜਿਹੜਾ ਮੋਗੇ ਦਾ ਜੈਮਲ ਵਾਲਾ ਪਿੰਡ ਹੈ ਗੁਰੂ ਘਰ ਦੀਆਂ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਪੰਜਾਬੀਆਂ ਦੇ ਮਨ ਪਾਉਂਦੀ ਖੇਡ ਹੈ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਚੱਲਦਾ ਹੋਇਆ ਮੁਕਾਬਲਾ ਹੈ ਔਰ ਇਸ ਸਮੇਂ ਦੇਖਦੇ ਵੀ ਇੱਧਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ ਹੈ ਕਰਮ ਚੱਕਰ ਪਿੰਡ ਦਾ ਫੈਸਲਾ ਕਰਦਾ ਹੈ ਵੀ ਪੁਆਇੰਟ ਧਾਵੀ ਦਾ ਹੈ ਇਸ ਸਮੇਂ ਪਈ ਹੋਈ ਕਬੱਡੀ ਹੈ ਜਿੰਦਾ ਇਸਦੇ ਵਿਵੇਕ ਦੇਖਦੇ ਵੀ ਨੌਜਵਾਨ ਮਹਿਰੋ ਪਿੰਡ ਦਾ ਪਰ ਧੱਲੇ ਗਿਆਂ ਦੀ ਤਰਫੋਂ ਕਬੱਡੀ ਪਾ ਰਿਹਾ ਹੈ ਸਾਹਮਣੇ ਖੁਖਰਾਣੇ ਵਾਲਾ ਗੱਭਰੂ ਇਸ ਸਮੇਂ ਲੱਕ ਦੀਆਂ ਮਿੰਟੀਆਂ ਗਿਣਤੀਆਂ ਕਰਦਾ ਹੈ ਔਰ ਦੇਖਦੇ ਵੀ ਬਣਾਉਂਦਾ ਹੋਇਆ ਮੋਰ ਹੈ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਸੰਦੌਰ ਵਾਲੇ ਰੁਪਿੰਦਰ ਦੀ ਬਿਸਲ ਦਾ ਇਸ਼ਾਰਾ ਹੈ ਨਾਲ ਹੀ ਤਰਸੇਮ ਸਿੰਘ ਜੀ ਸੰਦੌਰ ਨਾਲ ਹੀ ਪੀਲਾ ਗੁਜਰਵਾਲੀਆ ਇਸ ਸਮੇਂ ਫੈਸਲੇ ਦਿੰਦੇ ਨੇ ਇਹਨਾਂ ਖੇਡ ਬੁਲਾਣਿਆਂ ਦੀ ਪਰ ਗੱਲ ਇਸ ਸਮੇਂ ਖੁਖਰਾਣੇ ਦੇ ਇਸ ਨੌਜਵਾਨ ਦੀ ਹੈ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਦੇਖਦੇ ਵੀ ਕੌਣ ਜਿਹੜਾ ਗੱਭਰੂ ਇਸ ਨੂੰ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜੇਗਾ ਜਾਂ ਫਿਰ ਪੁਆਇੰਟ ਧਾਵੀ ਦਾ ਹੋਵੇਗਾ ਲਓ ਇਧਰਲੇ ਬੰਨੇ ਖਿਲਾੜੀਆਂ ਬਾਹਰ ਨੇ ਲਓ ਇਸ ਸਮੇਂ ਚੱਲਦਾ ਹੋਇਆ ਸੰਘਰਸ਼ ਹੈ ਦੋਨੋਂ ਗੱਭਰੂਆਂ ਦਾ ਵਾਹ ਨਹੀਂ ਰਿਸਾ ਇਸ ਸਮੇਂ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਪੁਆਇੰਟ ਧੱਲੇ ਗਿਆਂ ਦੀ ਟੀਮ ਦਾ ਹੈ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਕਿ ਮੁੰਡਿਆ ਤੈਨੂੰ ਗੱਲ ਸਮਝਾਵਾਂ ਮਿਲ ਜੂ ਨਾਮ ਤੇ ਨਾਲੇ ਨਾਵਾਂ ਕਹਿਣਾ ਨਸ਼ਿਆਂ ਦਾ ਤੂੰ ਛੱਡ ਅੱਜ ਡੰਡ ਬੈਠਕਾ ਕੱਢ ਦੇਖਦੇ ਵੀ ਕਿਹੜੇ ਗੱਭਰੂਆਂ ਨੇ ਡੰਡ ਬੈਠਕਾ ਕੱਢੀਏ ਕਿਹੜੀ ਗੱਭਰੂ ਨਸ਼ਿਆਂ ਤੋਂ ਰਹਿਤਾ ਹੈ ਇੱਧਰ ਦੇ ਬੰਨੇ ਚੱਲਦਾ ਹੋਇਆ ਮੈਚ ਕਬੱਡੀ ਦਾ ਤੇ ਖੜ ਕੇ ਦੇਖੇ ਕੁੱਲ ਜਵਾਨਾਂ ਕੌਡੀ ਕੱਪ ਉਹੀ ਜਿੱਤਣਗੇ ਜਿਹਨਾਂ ਦੇ ਡੌਲੇ ਪੱਟਾਂ ਦੇ ਵਿੱਚ ਜਾਣਾ ਕੌਡੀ ਕੱਪ ਉਹੀ ਜਿੱਤਣਗੇ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਮਾਈਕਲ ਇਸ ਸਮੇਂ ਖੁਖਰਾਣੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਕਬੱਡੀ ਕਬੱਡੀ ਕਰਦਾ ਹੋਇਆ ਦੇਖਦੇ ਵੀ ਇੱਧਰ ਆਪਣੇ ਮਾਈਕਲ ਦੀ ਕਬੱਡੀ ਹੈ ਕਦੋਂ ਮਾਈਕਲ ਜੈਕਸਨ ਦੇ ਲੋਕ ਦੀਵਾਨੇ ਹੈ ਪਰ ਕਬੱਡੀ ਵਾਲਾ ਮਾਈਕਲ ਦੇਖਦੇ ਵੀ ਅੱਜ ਕੀ ਚੱਲ ਚਾੜਦਾ ਹੈ ਇੱਧਰ ਆਪਣੇ ਨੌਜਵਾਨ ਧੱਲੇ ਕੇ ਪਿੰਡ ਦਾ ਲੋ ਪ੍ਰਸਿੱਧ ਖਿਡਾਰੀਆਂ ਦੇ ਪੇਂਡੂ ਹੈ ਲਓ ਇੱਧਰ ਆਪਣੇ ਵੇਖਦੇ ਵੀ ਮਾਈਕਲ ਦੀ ਕਬੱਡੀ ਤੇ ਧੱਲੇ ਕੇ ਵਾਲੇ ਦਾ ਜੱਫਾ ਹੈ ਲੋ ਗੱਡਾ ਡਈਆਂ ਤੇ ਕਰ ਦਿੱਤਾ ਹੈ ਔਰ ਪੁਆਇੰਟ ਜਿਹੜਾ ਜਾਫੀਆਂ ਦਾ ਹੈ ਇਸ ਸਮੇਂ ਪੁਆਇੰਟ ਜਿਹੜਾ ਧੱਲੇ ਗਿਆਂ ਦੀ ਟੀਮ ਦਾ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇਸ ਸਮੇਂ ਫਿਰ ਕਬੱਡੀ ਹੈ ਨੌਜਵਾਨ ਖਿਡਾਰੀ ਇਸ ਸਮੇਂ ਗੋਰਾ ਨਿਸ਼ੋਰਾ ਰੰਗ ਹੈ ਕਿ ਗੋਰਾ ਨਿਸ਼ੋਰਾ ਰੰਗ ਤੇ ਸਰੀਰ ਵੀ ਫੁਰਤੀਲਾ ਹੈ ਖੇਡ ਦੇ ਮੈਦਾਨ ਦਾ ਖਿਡਾਰੀ ਹੈ ਜੋਸ਼ੀਲਾ ਹੈ ਜੋਸ਼ੀਲੇ ਖਿਡਾਰੀਆਂ ਦੀ ਗੱਲ ਹੈ ਦੇਖਦੇ ਹੈ ਵੀ ਜਿਹਨਾਂ ਮਿਹਨਤਾਂ ਲਾਈਆਂ ਡੰਡ ਬੈਠਕਾਂ ਕੱਢੀਆਂ ਹੈ ਉਹੀ ਗੱਭਰੂ ਆ ਜਿਹਨਾਂ ਖੇਡ ਮੈਦਾਨਾਂ ਦੇ ਵਿੱਚ ਬੁੱਕਦੇ ਫਿਰਦੇ ਹੈ ਇੱਧਰ ਆਪਣੇ ਲੱਗਿਆ ਜ਼ੋਰ ਹੈ ਦੋਨੋਂ ਹੀ ਗੱਭਰੂਆਂ ਦਾ ਔਰ ਫੈਸਲਾ ਵੇਖਣਾ ਵੀ ਸੰਦੌਰ ਵਾਲਿਆਂ ਨੇ ਕਰਨਾ ਹੈ ਵੀ ਪੁਆਇੰਟ ਕਿਸ ਗੱਭਰੂ ਦਾ ਹੋਵੇਗਾ ਲਓ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਪਾ ਵੀ ਨੌਜਵਾਨਾਂ ਕਬੱਡੀ ਠੀਕ ਹੈ ਜੀ ਇਸ ਮੁਕਾਬਲੇ ਵਿੱਚੋਂ ਧੱਲੇ ਗਿਆਂ ਦੀ ਟੀਮ ਜਿਹੜੀ ਜੇਤੂ ਰਹੀ ਹੈ 13 ਦੇ ਮੁਕਾਬਲੇ 7.5 ਪੁਆਇੰਟ ਹੈ 13.5 ਹੈ ਇਸ ਮੁਕਾਬਲੇ ਵਿੱਚੋਂ ਧੱਲੇ ਕੇ ਜਿੱਤ ਗਏ ਜੀ ਨੋਟ ਕਰਿਓ ਸਾਡੇ ਪ੍ਰਬੰਧਕ ਸੱਜਣ ਆਓ ਸਮਾਲ ਸਰ ਆਇਆ ਵੀਰ ਆ ਜਾਓ ਮੇਰੇ ਵੀਰ ਜਲਦੀ ਦੇ ਨਾਲ ਚਲੋ ਜਲਦੀ ਨਾਲ ਸਮਾਲ ਸਰ ਵਰਸੀ ਜੀ ਧੱਲੇ ਸ਼ਹੀਦ ਦੀਆਂ ਟੀਮਾਂ ਦਾ ਜਿਹੜਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ ਸਮਾਲ ਸਰ ਵਰਸੀ ਜੀ ਧੱਲਾ ਸ਼ਹੀਦ ਦੋਨੋਂ ਹੀ ਟੀਮਾਂ ਦੇ ਦਰਮਿਆਨ ਬੜਾ ਹੀ ਤਕੜਾ ਮੁਕਾਬਲਾ ਖੇਡਿਆ ਜਾਵੇਗਾ 15.5 ਤੇ 16 ਪੁਆਇੰਟ ਹੋਣਗੇ ਜੀ ਦੋਨੋਂ ਟੀਮਾਂ ਦੇ ਖਿਡਾਰੀ ਸਾਹਿਬਾਨ ਨੋਟ ਕਰ ਲੈਣ 15.5 ਤੇ 16 ਪੁਆਇੰਟ ਜਿਹੜੇ ਹੈਲੋ ਲਓ ਇੱਧਰ ਮੈਚ ਜਿਹੜਾ ਧੰਨਾ ਸ਼ਹੀਦ ਤੇ ਸਵਾਲ ਸਰ ਔਰ ਅਗਲੀ ਮਾਈਕ ਤੇ ਗੱਲ ਮੇਰਾ ਵੀਰ ਬੇਅੰਤ ਬਗੇਲਾ ਹੈਲੋ ਧੰਨਾ ਸ਼ਹੀਦ ਦੀ ਟੀਮ ਹੱਥ ਖੜਾ ਕਰੇ ਧੰਨਾ ਸ਼ਹੀਦ ਕਿਹੜੀ ਸਾਈਡ ਹੈ ਜੀ ਸੜਕ ਵਾਲੇ ਪਾਸੇ ਖੇਤਾਂ ਵਾਲੀ ਸਾਈਡ ਸਮਾਲ ਸਰ ਦੀ ਟੀਮ
ਨਾ ਉਹ ਪਿੰਡ ਵਾਲੇ ਪਾਸੇ ਤੰਨਾ ਸ਼ੇਰ ਦੀ ਟੀਮ ਹੈ ਦੋਹਾਂ ਟੀਮਾਂ ਦੇ ਦਰਮਿਆਨ ਕਬੱਡੀ 68 ਕਿਲੋ ਵਰਗ ਦਾ ਜਿਹੜਾ ਮੁਕਾਬਲਾ ਹੈ ਅੱਜ ਦੇ ਦੂਜੇ ਰਾਊਂਡ ਦਾ ਲਾਸਟ ਮੈਚ ਕੱਲ ਠੀਕ 9:30 ਵਜੇ ਸਾਰੀਆਂ ਟੀਮਾਂ ਦੇ ਖਿਡਾਰੀ ਭਾਈ ਜੀ ਇੱਥੇ ਪਹੁੰਚ ਜਾਣਾ ਕਿਸੇ ਵੀ ਟੀਮ ਨੂੰ ਪ੍ਰਬੰਧਕ ਕਹਿੰਦੇ ਵੀ ਅਸੀਂ ਡੀਕਾਂਗੇ ਨਹੀਂ ਸਮੇਂ ਸਿਰ ਆ ਜਾਣ ਠੀਕ 9:30 ਵਜੇ ਜਿਹੜੇ ਇਹਨਾਂ ਦੇ ਮੈਚ ਹੈ ਸ਼ੁਰੂ ਕਰ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਹੈ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦਾ ਲਓ ਸਮਾਲਸਰ ਪਿੰਡ ਵੱਲੋਂ ਪਹਿਲੀ ਕਬੱਡੀ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ ਉਸ ਵਿੱਚ ਮੈਦਾਨ ਤੇ ਪਿੰਡਾਂ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਪੁਆਇੰਟ ਤੰਨਾ ਸ਼ੀਰ ਦੇ ਹਿੱਸੇ ਜੁੜ ਚੁੱਕਿਆ ਹੈ ਤੰਨਾ ਸ਼ੀਰ ਤੇ ਸਮਾਲਸਰ ਦੋਹੋਂ ਟੀਮਾਂ ਦੇ ਦਰਮਿਆਨ ਇਹ ਕਬੱਡੀ ਦਾ ਵਧੀਆ ਮੁਕਾਬਲਾ ਹੈ ਚੱਲ ਵੀ ਤੰਨੇ ਸ਼ੀਰ ਵਾਲਿਆ ਕਬੂਆ ਪਾਕ ਕਬੱਡੀ ਸ਼ਹੀਦਾਂ ਦੀ ਧਰਤੀ ਹੈ ਸ਼ਹੀਦੋ ਕੀ ਚਿਤਾਓ ਪਰ ਲਗੇਗੇ ਹਰ ਬਰਸ਼ ਮੇਲੇ ਵਤਨ ਪਰ ਮਿਟਨੇ ਵਾਲੋ ਕਾ ਯਹੀ ਤੋਂ ਬਾਕੀ ਨਿਸ਼ਾਨ ਹੋਗਾ ਲਓ ਤੰਨਾ ਸ਼ੀਰ ਦੀ ਧਰਤੀ ਦਾ ਧਾਵੀ ਦੇਖਦੇ ਵੀ ਕਬੱਡੀ 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 ਕਰਦਾ ਹੋਇਆ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਅੱਜ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਜਿਹੜੇ ਚਾਚੇ ਨੇ ਮੋਗਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਜੈਮਲ ਵਾਲਾ ਇਤਿਹਾਸਕ ਧਰਤੀ ਪੁਰਾਣ ਪੀਰਾਂ ਦੀ ਧਰਤੀ ਔਰ ਪੁਆਇੰਟ ਬਾਜਨ ਤਾਵੀ ਦੇ ਹਿੱਸੇ ਜੁੜ ਚੁੱਕਿਆ ਹੈ ਚੱਲ ਵੀ ਸਮਾਲ ਸਰ ਗਿਆ ਦੇਖਦੇ ਵੀ ਇੱਕ ਇੱਕ ਕਬੱਡੀ ਇੱਕ ਇੱਕ ਜੱਫਾ ਦੋਹੋਂ ਟੀਮਾਂ ਦੇ ਲਈ ਬੜਾ ਕੀਮਤੀ ਹੋਵੇਗਾ ਲਓ ਸਮਾਲ ਸਰ ਵੱਲੋਂ ਫਿਰ ਬਾਜਨ ਤਾਵੀ ਕਬੱਡੀ ਪਾ ਰਿਹਾ ਹੈ ਸ਼ੀਸ਼ੇ ਅੱਗੇ ਛਾਤੀ ਨੂੰ ਹਰੇਕ ਤਰਦਾ ਹੈ ਘਰੇ ਘਰੇ ਦਾਰਾ ਸਿਓ ਹਰੇਕ ਬਣਦਾ ਹੈ ਜਦੋਂ ਪੈਂਦਾ ਇਹ ਮੈਦਾਨ ਵਿੱਚ ਵਾਹ ਯੋਧੇ ਆ ਤੇ ਫਿਰ ਲੈਂਦੇ ਨੇ ਬਗਾਨੇ ਪੁੱਤ ਭਾ ਯੋਧੇ ਆ ਚਾਹੇ ਦੀ ਫਲਾਦ ਜਿਹੀ ਹੱਡੀ ਲੰਘੇ ਆਣੀਆਂ ਸੌਖੀ ਲਈ ਉਹ ਖੇਡ ਲਈ ਕਬੱਡੀ ਲੰਘੇ ਆਣੀਆਂ ਲਓ ਲੱਗਿਆ ਹੋਇਆ ਜ਼ੋਰ ਦੋਹੋਂ ਪ੍ਰਵਾਨਾਂ ਦਾ ਦੇਖਦੇ ਵੀ ਤੀਆਂ ਸਿਕੰਦਰ ਦਾ ਫੈਸਲਾ ਹੋਵੇਗਾ ਇੱਕ ਪਾਸੇ ਚੱਕਰ ਪਿੰਡ ਦਾ ਕਰਮਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਫੈਸਲੇ ਕਰੇਗਾ ਸਕੁਆਡ ਦੇ ਦੋਹਾਂ ਦਾ ਮੁਕਾਬਲਾ ਖਿਡਾਰੀਆਂ ਨੇ ਇੱਥੇ ਰਹਿਣਾ ਹੈ ਉਹ ਕਮੇਟੀ ਕੋਲ ਆਪਣੇ ਨਾਮ ਨੋਟ ਕਰਵਾ ਦੇਣ ਜਿਹੜੀਆਂ ਟੀਮਾਂ ਦੇ ਖਿਡਾਰੀਆਂ ਨੇ ਇੱਥੇ ਦੂਰ ਤੋਂ ਆਈਆਂ ਟੀਮਾਂ ਰਾਤ ਨੂੰ ਰੁਕਣਾ ਹੈ ਉਹ ਮੇਰੇ ਵੀਰ ਆਪੋ ਆਪਣੇ ਖਿਡਾਰੀ ਨਾਮ ਸਟੇਜ ਤੇ ਨੋਟ ਕਰਵਾਉਣ ਲਓ ਸਾਹਮਣੇ ਫਿਰ ਤੰਨਾ ਸ਼ਹੀਦ ਵੱਲੋਂ ਨੌਜਵਾਨ ਤਾਵੀ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਤਿੰਨ ਜਾਫੀ ਨੇ ਸਮਾਲਸਰ ਦੇ ਰੱਖਿਆ ਹੋਇਆ ਤਾਂ ਤੇ ਹੱਥ ਦੇਖਦੇ ਵੀ ਮੁੰਡੇ ਨੇ ਪੂਰਾ ਜ਼ੋਰ ਲਾਇਆ ਹੈ ਜੇ ਇੱਕ ਵਿੱਚ ਜ਼ੋਰ ਹੋਵੇ ਤਾਂ ਲੋਕੀ ਤਾਂ ਪੁੱਛਦੇ ਸਰਨਾਵਾਂ ਹਰਜੀਤ ਬਰਾੜ ਜਿਹੇ ਉਗੜਲੇ ਪੁੱਤ ਜੰਮਦੀਆਂ ਮਾਵਾਂ ਛਿਣੀਆਂ ਮਾਵਾਂ ਬੱਬਰ ਛੇ ਪੁੱਤਾਂ ਦੀਆਂ ਚਪਟਾਂ ਹੈ ਅੱਜ ਇਤਿਹਾਸ ਗੁਰਦੁਆਰਾ ਸਾਹਿਬ ਦੀ ਇਹ ਪਾਵਨ ਪਵਿੱਤਰ ਧਰਤੀ ਜਿੱਥੇ ਰੌਣਕਾਂ ਬਹਾਰਾਂ ਨੇ ਦੂਸਰਾ ਦਿਨ ਬੇ ਟੱਚ ਲੱਗਿਆ ਨਹੀਂ ਮੰਨਿਆ ਜਾਵੇਗਾ ਲਓ ਸਾਹਮਣੇ ਚਾਰ ਜਾਫੀ ਨੇ ਐਸਾ ਧੰਨਾ ਸ਼ੀਰ ਪਿੰਡ ਦੇ ਵਾਹ ਗੱਭਰੂਆ ਸਕਿੰਦਰ ਜਿਹੜਾ ਫੈਸਲਾ ਹੈ ਪੁਆਇੰਟ ਨੌਜਵਾਨ ਜਾਫੀਆਂ ਦੇ ਖਾਤੇ ਜੁੜ ਚੁੱਕਿਆ ਹੈ ਸਮਾਲਸਰ ਤੇ ਧੰਨਾ ਸ਼ੀਰ ਦੋਹੋਂ ਟੀਮਾਂ ਦਾ ਬੜਾ ਵਧੀਆ ਇਹ ਮੁਕਾਬਲਾ ਹੈ ਚੱਲ ਵੀ ਤੰਨੇ ਵਾਲੇ ਉਹ ਕਬੱਡੀ ਪਾਓ ਦੇਖਦੇ ਹੈ ਸਮਾਲਸਰ ਔਰ ਤੰਨਾ ਸ਼ਹੀਦ ਜੋਸ਼ ਹੋਸ਼ ਤਕਨੀਕ ਦੀ ਮਿੱਤਰ ਖੇਡ ਕਬੱਡੀ ਹੈ ਨਿਰੇ ਜੋੜ ਵਾਲੇ ਨੂੰ ਜਾਫੀ ਢਾਏ ਜਾਂਦੇ ਨੇ ਬਾਜ ਵਰਗੀ ਅੱਖ ਹੁੰਦੀ ਹੈ ਜਿੰਨਾ ਧਾਵਿਆਂ ਦੀ ਉਹ ਪਤਾ ਨਹੀਂ ਲੱਗਦਾ ਹੱਥ ਕਿਹੜੇ ਵੇਲੇ ਲਾਏ ਜਾਂਦੇ ਨੇ ਲੰਘੇ ਵਾਲੀਆਂ ਯੋਧਿਆ ਇੱਧਰ ਚਾਰ ਜਵਾਨੀ ਦੀ ਬਈ ਜਿਹੜੇ ਗੱਭਰੂ ਸਾਹਿਬ ਲੈਣ ਉਹ ਛਾਏ ਜਾਂਦੇ ਨੇ ਅੱਜ ਜੋਰ ਹੋਸ਼ ਤਕਨੀਕ ਦੀਆਂ ਖੇਡਾਂ ਦੇ ਮੁੱਲ ਪੈਣੇ ਹੈ ਲਾਓ ਦੇਖੀ ਮੁੰਡਾ ਸਮਾਲਸਰ ਪਿੰਡ ਦਾ ਉੱਭਰਦਾ ਕਬੱਡੀ ਦਾ ਵਧੀਆ ਧਾਵੀ ਮੁਸ਼ਕੀ ਜਿਹਾ ਰੰਗ ਕਾਲੇ ਰੰਗ ਦੀ ਪੱਟੀ ਦੇਖਦੇ ਵੀ ਚੌਹੋ ਜਾਫੀਆਂ ਤੇ ਬੋਲਿਆ ਹਰ ਤਾਵਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਟੂਰਨਾਮੈਂਟ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਸੋਭਾ ਸਿੰਘ ਜੀ ਸਰਪੰਚ ਵੱਡੀਆਂ ਜ਼ਿੰਮੇਵਾਰੀਆਂ ਔਰ ਨਾਲ ਗੁਰਦੀਪ ਸਿੰਘ ਜੀ ਸਾਡੇ ਬਰਤੌਰ ਸਿੰਘ ਜੀ ਮਾਸਟਰ ਪਾਲ ਸਿੰਘ ਜੀ ਗੋਰਾ ਬਿਜਲੀ ਬੋਰਡ ਸਾਰੇ ਵੀਰਾਂ ਦਾ ਵੱਡਾ ਸੰਯੋਗ ਹੈ ਜਿਹੜੇ ਸਾਰੇ ਪ੍ਰਬੰਧਕ ਵੀਰ ਕਮੇਟੀ ਵਾਲੇ ਲਓ ਦੇਖਦੇ ਵੀ ਪੂਰਾ ਮੁਕਾਬਲਾ ਹੈ ਦੋਹਾਂ ਦੀ ਟੱਕਰ ਦੇਖੇ ਕੁੱਲ ਜ਼ਮਾਨਾ ਕੌਡੀ ਕੱਪ ਉਹੀ ਜਿੱਤਣਗੇ ਜਿਹਦੇ ਡੌਲਿਆਂ ਪੱਟਾਂ ਵਿੱਚ ਜਾਣਾ ਦੇਖਦੇ ਆ ਤੰਨਾ ਸ਼ਹੀਦ ਤੇ ਸਮਾਲਸਰ ਮੈਚ ਹੋਣਗੇ ਟਿਕਾਣੇ ਮੁੰਡੇ ਆਉਣਗੇ ਪਤਾ ਲੱਗ ਜੋ ਕਿੰਨਾ ਕੁ ਡੂੰਘਾ ਪਾਣੀ ਆਕੁਣੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇ ਨੇ ਕਾਣੀ ਆਕੁਣੀਆਂ ਦੇ ਸਿੰਘ ਫਸ ਗਏ ਅੱਜ ਮਸ਼ਹੂਰ ਨਗਰ ਹੈ ਇਹ ਮੋਗੇ ਜ਼ਿਲ੍ਹੇ ਦਾ ਜਿੱਥੇ ਵੱਡੀਆਂ ਰੌਣਕਾਂ ਬਹਾਰਾਂ ਨੇ ਕਬੱਡੀ ਦੇ ਚਰਚੇ ਨੇ ਔਰ ਪੁਆਇੰਟ ਤੰਨੇ ਸ਼ਹੀਦੀ ਟਿਕਾ
से जुड़ चुके हैं। सवाल सर जी अगले कबड्डी फिर देखते भी कबड्डी तो कबड्डी मुंडा इस वक्त देखते सवाल सर की धरती का चार जाफिया से बोलिया हुआ तावा फड़िया गुट ला गुट को फट के सिख ला पकड़ बनाने लत्ता दी उमड़ियो डंड बैठका ला लो कबड्डी बन गई लखा दे लखा करोड़ों की पंजाबियों की मां खेड़ ला दो कड़ानिया का पूरा लगे हुआ जोर है। 30 सेकंडा के फैसला हो गया इस पॉइंट का और पॉइंट चक्रपिंड का करमे का फैसला भी नौजवान जाफी के खाते जुड़ चुके हैं। एक एक कबड्डी एक एक जफा दोहों टीमों के लिए बड़ा कीमती होगा। धन्यवाद साढ़े सारे सिक्योरिटी वाले वीरों का भी और गबर साहब उमरियाना गांव वाले साढ़े सत्कार जो टेंट वाले सारे वीर जिन्हों व्डिया सेवावान ने टूरनामेंट कमेटी वालों सब का बहुत बहुत धन्यवाद। लाओ देखते भी धन्ना शहीदी धरती का मुंडा चार तीन जाफी ने सामने समाज सर पिंड से कबड्डी 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 करता हुआ खेल कबड्डी फुरती की कम भिड़ना झोटे का की दारे की कुश्ती पक्का साध लगोटे का तंदुरुस्ती का मेला मेला नहीं बीमारा का आ मेली बन के देख मेली या मेला यारा का नहीं कि कबड्डी में जूझते ने छिणिया मावां दे बबर शेर कबड्डी के जजारू अणखीले पुत चंगलिया तीन लोग को मान वधाउंदियां मापिया का पुत अणखीला प्यो का नाम रोशन करवावे देखते भी सवाल सरिया धावी बोले हर धावा चार जाफी ने सामने पूरे डकन लिए तैयार पर तैयार ने वाह गबरूआ फड़िया गुट नाल ही लागी खिंची देखते भी पूरा जोर नौजवान जाफी का लग्या होया है। मैं रिसा देखते भी डकन की पूरी कोशिश की हुई है ऐसा तो धन्ने शीर की टीम के खाते जुड़ चुके हैं। मैं समाप्त इन्हों दो टीमों का धन्ना शीर जेतू है जी धन्ना शहीद इस मैच के जेतू रहे हैं और ठीक 9 बजे कल सारिया टीमों के खिलाड़ी पहुंच जाए किसी भी टीम का कोई इंतजार नहीं होगा। जिनी टीम ने इतने रहना है वह बाई जी प्रबंधक कमेटी को अपने नाम नोट करवा दें सारे पहुंचे दर्शक वीर का टूरनामेंट कमेटी वालों बहुत बहुत धन्यवाद। कल चोटी ओपन क्लबों के जोड़े जोर तुम इस खेल मैदान में देखोगे अंतरराष्ट्रीय प्लेयर दिन कबड्डिया देखोगे बहुत बहुत धन्यवाद सब का वाहगुरु जी का खालसा वाहगुरू जी की फतेह। ਆਹ ਲੈ ਕੇ 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 ਆਹ ਲੈ ਕੇ